ਬੰਗਾ ਫਗਵਾੜਾ ਮੁੱਖ ਮਾਰਗ ਤੇ ਸਵੇਰੇ ਉਸ ਵੇਲੇ ਇੱਕ ਖੌਫਨਾਕ ਹਾਦਸਾ ਵਾਪਰਿਆ ਜਦੋਂ ਇੱਕ ਸਕੂਟੀ ਸਵਾਰ ਰਾਹੁਲ ਨਾਮੀ ਨੌਜਵਾਨ ਨੈਸ਼ਨਲ ਹਾਈਵੇ ਦੇ ਛੱਡੇ ਰਾਸਤੇ ਤੋਂ ਜਾਣ ਲਈ ਮੁੜਨ ਲੱਗਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਲਟ ਮੋਟਰਸਾਈਕਲ ਉਸ ਨਾਲ ਟਕਰਾ ਗਿਆ ਜਿਸ ਦੇ ਚੱਲਦੇ ਸਕੂਟੀ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਨਿੱਜੀ ਹੋਸਪਿਟਲ ਵਿੱਚ ਜਿਹੜੇ ਇਲਾਜ ਦੌਰਾਨ ਉਹ ਦਮ ਤੋੜ ਗਿਆ ਮੌਕੇ ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਕੁਝ ਅਧਿਕਾਰੀਆਂ ਵੱਲੋਂ ਛੱਡੇ ਇਹ ਅਣਅਧਿਕਾਰਤ ਰਾਸਤੇ ਪਹਿਲ ਦੇ ਆਧਾਰ ਤੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਨਿੱਤ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਹਾਦਸੇ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਬਹੁਤ ਮਿਹਨਤੀ ਬੱਚਾ ਸੀ ਜੋ ਸੁਣਨ 'ਚ ਆਇਆ ਪਤਾ ਲੱਗਾ ਹੈ ਸ਼ਹਿਰ ਦਾ ਆਪਣੇ ਪਰਿਵਾਰ ਦੇ ਬੱਚਾ ਸੀ ਪਰ ਮੇਰੀ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਜਿਹੜੇ ਅਨਔਥੋਰਾਈਜ਼ਡ ਕੱਟਸ ਆ ਜਾਂ ਹੋਰ ਆ ਇਹਨਾਂ ਨੂੰ ਪਲੀਜ਼ ਬੰਦ ਕਰਵਾਇਆ ਜਾਵੇ ਅਤੇ ਜਿਹੜੇ ਵੀ ਕਿਤੇ ਕੱਟ ਹੈਗੇ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਲਾਈਟਸ ਲਾ ਕੇ ਉਹਨੂੰ ਸੁਚਾਰੂ ਰੂਪ ਨਾਲ ਚਲਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਉਹ ਬਚ ਸਕਣ ਜਿੱਦਾਂ ਕੱਲ੍ਹ ਕਿਸੇ ਦੇ ਘਰ ਦਾ ਚਿਰਾਗ ਬੁਝਿਆ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇੱਦਾਂ ਦਾ ਹਾਦਸਾ ਨਾ ਹੋ ਸਕੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਪਲੀਜ਼ ਇਹਨੂੰ ਬੜੇ ਸੈਂਸਿਟਿਵ ਇਹ ਬੜਾ ਸੈਂਸਿਟਿਵ ਹੁੰਦਾ ਜੀ ਇਹਨੂੰ ਬਹੁਤ ਸੈਂਸਿਟਿਵ ਤਰੀਕੇ ਨਾਲ ਸੋਚਿਆ ਜਾਵੇ ਅਤੇ ਜਿਹੜੇ ਅਨਔਥੋਰਾਈਜ਼ਡ ਕੱਟਸ ਆ ਉਹਨਾਂ ਨੂੰ ਬੰਦ ਕਰਾ ਕੇ ਜਿਹੜੇ ਪ੍ਰੋਪਰ ਕੱਟ ਹੈਗੇ ਆ ਉਹਨਾਂ ਦੇ ਟ੍ਰੈਫਿਕ ਲਾਈਟਸ ਲਾ ਕੇ ਆਪਾਂ ਨੂੰ ਵਧੀਆ ਤਰੀਕੇ ਨਾਲ ਆਪਣਾ ਟ੍ਰੈਫਿਕ ਚੱਲੇ ਅਤੇ ਲੋਕਾਂ ਦੀਆਂ ਜਾਨਾਂ ਬਚ ਸਕਣ ਅਤੇ ਇਹੀ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਅੱਗੇ ਹਾਂਜੀ ਮੁੰਗਾ ਜੀ ਕੀ ਕਹਿਣਾ ਜਿਹੜੇ ਆ ਨਜਾਇਜ਼ ਕੱਟ ਰੱਖੇ ਆ ਇਹ ਇੱਦਾਂ ਦੇ ਮੋੜਾਂ ਤੋਂ ਹੀ ਅੱਛਾ ਇਹ ਮੁੰਡਾ ਗਲਤ ਰੱਖਿਆ ਕੱਟ ਵਾ ਇਹਦੇ ਕਰਕੇ ਮੁੰਡਾ ਮਰਿਆ ਇਹ ਕਿੰਨਾ ਰੱਖੇਗੀ ਨਹੀਂ